बीते 25 सितंबर नूं किसान जथेबंदियां ने पूरे पंजाब विच बंद करके जगह जगह धरने लगाए सी। जिस तों बाद मोदी सरकार दे जिहड़े 3 बिल सी, मोदी सरकार ने उन्हां दी धरने दी परवाह ना करदे होए उन्हां नूं कानूनां दा रूप दे दित्ता है अते कानूनां विच बदल के राष्ट्रपति दी मोहर लग चुकी है। उस तों बाद किसान जथेबंदियां होर रोह दे विच आईआं ते उन्हां 31 किसान जथेबंदियां ने पंजाब पद्धर ते इकट्ठे हो के वख-वख जगह 1 तरीक तो रेलवे ट्रैकों उपर, टोल प्लाजा उपर, पेट्रोल पंपों उपर, जिथे जिथे भी कारपोरेटा दे किसी भी तरीके ना कमाई जाती है उन्होंने उन्हों का बाइकाट करने उप धरने लगाए सन। केंद्र सरकार सबसे ट्रेनों के ट्रैकों के उपर खड़ के धरने लगाए सन वख-वख जथेबंदियों वालों। अज बठिंडा के जीदा पिंड पेंदे टोल प्लाजे जो नैशनल हाईवे पर पैंदा उस धरने उत्थे असीं पहुंचे हाँ, उत्थों दीआं तस्वीरां भी तुहानूं दिखावांगे। उत्थे जिहड़े जथेबंदी दे आगू आ उन्हां नाल भी गलबात करांगे। अज इत्थे धरना दित्ता होया भारतीय किसान यूनियन नगराहां वल्लों, उन्हां दे आगू नाल असीं गलबात करांगे। सत श्री अकाल जी, स्वागत है तुहाडा लोक वाई टीवी। ठीक है, धन्नवाद जी। पहलां 25 सितंबर नूं धरना दित्ता गया, पंजाब बंद किया गया, पर केंद्र सरकार वल्लों उह बंद दी परवाह ना करदे होए कानून जिहड़े बिल सी उन्हां नूं कानूनां दा रूप धारण कर दित्ता गया, उहदे बारे की कहोगे? ਇਹ ਉਹਦਾ ਲੰਮੇ ਸਮੇਂ ਤੋਂ ਅਸੀਂ ਪਿਛਲੇ 2 ਮਹੀਨਿਆਂ ਤੋਂ ਹੀ ਲਗਭਗ ਪਹਿਲਾਂ ਅਸੀਂ ਟਰੈਕਟਰ ਮਾਰਚ ਕੀਤੀ ਹੈ, ਫਿਰ ਅਸੀਂ ਪਿੰਡਾਂ 'ਚ 25 ਤੋਂ 29 ਤੱਕ ਜਿਹੜੇ ਉਹ ਧਰਨੇ ਲਾ ਕੇ ਇਹਨਾਂ ਅਕਾਲੀ ਅਤੇ ਭਾਜਪਾ ਆਗੂਆਂ ਦਾ ਬਾਈਕਾਟ ਕੀਤਾ ਹੋਇਆ ਸੀ। ਉਹਦੇ ਪੜਾਅ 'ਚ ਹੀ ਅਗਲੇ ਅਸੀਂ ਜਿਹੜੇ ਇਹ ਬਾਦਲ ਅਤੇ ਪਟਿਆਲੇ ਦੇ ਵਿੱਚ ਧਰਨੇ ਲਾਏ ਹੈ, ਅਤੇ ਹੁਣ 31 ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਅਸੀਂ 25 ਦੇ ਬੰਦ ਤੋਂ ਬਾਅਦ ਰੇਲਾਂ ਦਾ ਚੱਕਾ ਜਾਮ ਵਾਲਾ ਜਿਹੜਾ 1 ਤਰੀਕ ਤੋਂ ਲੈ ਕੇ ਲਗਾਤਾਰ ਅਸੀਂ ਜਿਹੜਾ ਅਣਮਿੱਥੇ ਸਮੇਂ ਲਈ ਇਹ ਚੱਲਣਾ ਹੈ। ਇਹਦੇ ਤਹਿਤ ਹੀ ਅਸੀਂ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਇੱਥੇ ਵੱਖ ਵੱਖ ਲੁੱਟ ਜਿਹੜੇ ਕਰਨ ਖਾਤਰ ਉਹਨਾਂ ਦੇ ਅਦਾਰੇ ਹੈ, ਅਸੀਂ ਉਹਨਾਂ ਦਾ ਵੀ ਬਾਈਕਾਟ ਕਰ ਰਹੇ ਹਾਂ, ਜਿਹਦੇ 'ਚ ਟੋਲ ਪਲਾਜੇ ਹੈ ਪੰਜਾਬ ਦੇ ਵਿੱਚ ਜਿੰਨੇ, ਅਤੇ ਨਾਲ ਰਿਲਾਇੰਸ ਦੇ ਪੈਟਰੋਲ ਪੰਪ ਹੈ ਜਾਂ ਇੱਥੋਂ ਦੇ ਮਾਲਵਾਟ ਵਰਗੀਆਂ ਕੰਪਨੀਆਂ ਦੇ ਜਿਹੜੇ ਉਹ ਵੱਡੇ ਵੱਡੇ ਮਾਲ ਹੈ ਉਹਨਾਂ ਦਾ ਅਸੀਂ ਘਰਾਓ ਕਰਕੇ ਉਹ ਇਹਨਾਂ ਦਾ ਇਹ ਜਿਹੜਾ ਹੈਗਾ ਉਹਦਾ ਬਾਈਕਾਟ ਕਰ ਰਹੇ ਹਾਂ ਕਿ ਅਸੀਂ ਜੇ ਸਾਡੇ ਇਹ ਜਿਹੜੇ ਖੇਤੀ ਕਾਨੂੰਨ ਤੁਸੀਂ ਪਾਸ ਕਰਤੇ, ਅਸੀਂ ਤੁਹਾਡੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਇੱਥੇ ਲੱਗੇ ਹੋਏ ਤੁਹਾਡੇ ਬਾਕੀ ਅਦਾਰੇ ਹੈ ਅਸੀਂ ਉਹਨਾਂ ਨੂੰ ਵੀ ਜਾਮ ਕਰਾਂਗੇ ਜੇ ਤੁਸੀਂ ਇਹ ਕਾਲੇ ਕਾਨੂੰਨ ਆ ਜਿਹੜੇ ਸਾਡੀ ਖੇਤੀ ਖੋਣਗੇ ਉਹ ਵਾਪਸ ਨਹੀਂ ਲੈਂਦੀ ਮੋਦੀ ਸਰਕਾਰ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਰਹੀ ਹੈ, ਤਾਂ ਅਸੀਂ ਕਾਰਪੋਰੇਟ ਘਰਾਣੇ ਨੂੰ ਉਹ ਸਬਕ ਸਿਖਾਉਣ ਖਾਤਰ ਕੇ ਪੰਜਾਬ ਦੇ ਲੋਕ ਐ ਮੌਜ ਨਾਲ ਘਰਾਂ 'ਚ ਨਹੀਂ ਬੈਠਣਗੇ, ਤੁਸੀਂ ਲੁੱਟ ਮਚਾਈ ਹੋਈ ਹੈ। ਅਸੀਂ ਇਹਦੇ ਤਹਿਤ ਅੱਜ ਵੱਖ ਵੱਖ ਥਾਈਂ ਇਹ ਟੋਲ ਪਲਾਜਿਆਂ 'ਤੇ, ਪੈਟਰੋਲ ਪੰਪਾਂ 'ਤੇ, ਮੌਲਾਂ 'ਚ ਇਹਨਾਂ ਦਾ ਬਾਈਕਾਟ ਕੀਤਾ, ਅਤੇ ਗੱਡੀ ਦੀਆਂ ਲਾਈਨਾਂ 'ਤੇ ਵੀ ਸਾਡੀਆਂ 31 ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਲਗਾਤਾਰ ਬੈਠੀਆਂ ਹੋਈਆਂ, ਅਤੇ ਅੱਜ ਅਸੀਂ ਇੱਥੇ ਜੀਦੇ ਜਿਹੜਾ ਇਹ ਟੋਲ ਪਲਾਜਾ ਉਹਦੇ 'ਤੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਇਹਦਾ ਜਿਹੜਾ ਹੈਗਾ ਉਹ ਅਸੀਂ ਫ੍ਰੀ ਕੀਤਾ ਹੋਇਆ ਲੋਕਾਂ ਖਾਤਰ, ਅਤੇ ਇਹ ਲਗਾਤਾਰ ਆਉਂਦੇ ਦਿਨਾਂ 'ਚ 7-8 ਦਿਨ ਅਸੀਂ ਇਹ ਲਗਾਤਾਰ ਚਲਾਵਾਂਗੇ, ਅਤੇ ਗਾਹਾਂ ਵਾਲਾ ਜਿਹੜਾ ਕੋਈ ਸੱਦਾ ਆਉਂਦਾ ਇੱਦੂ ਤਿੱਖਾ ਆਉਂਦਾ ਉਹਨੂੰ ਅਸੀਂ ਫੁੱਲ ਚੜਾਵਾਂਗੇ, ਅਤੇ ਉਹ ਗਾਹਾਂ ਵਾਲੀ ਆਰ ਪਾਰ ਦੀ ਲੜਾਈ ਹੈ ਉਹ ਵੀ ਲੜਾਂਗੇ। ਜਥੇਬੰਦੀਆਂ ਵੱਲੋਂ 31 ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਇਹ ਸੱਦੇ ਦਿੱਤੇ ਜਾ ਰਹੇ ਆ, ਪ੍ਰੋਗਰਾਮ ਦਿੱਤੇ ਜਾ ਰਹੇ ਆ, ਪਰ ਵਿੱਚੋਂ ਕਈ ਜਥੇਬੰਦੀਆਂ ਜਿਵੇਂ ਅੱਜ ਇਹ ਧਰਨਾ ਸਿਰਫ ਗ੍ਰਾਹਾਂ ਦਾ, ਇੱਥੇ ਹੋਰ ਜਥੇਬੰਦੀ ਨਹੀਂ ਦਿਖ ਰਹੀ, ਜਿੱਥੇ ਹੋਰ ਧਰਨੇ ਲੱਗੇ ਹੋਏ ਆ ਉੱਥੇ ਬਾਕੀ ਜਥੇਬੰਦੀਆਂ, ਪਰ ਭਾਰਤੀ ਜਿਹੜੀ ਗ੍ਰਾਹਾਂ ਯੂਨੀਅਨ ਹੈ ਇਹ ਨਹੀਂ ਦਿਖਾਈ ਦਿੰਦੀ? ਉੱਪਰ ਇਕੱਠੇ ਹੋ ਕੇ ਨੀਚੇ ਵਖਰੇਵਾਂ ਕਿਉਂ ਹੈ? ਨਹੀਂ ਵਖਰੇਵਾਂ ਕੋਈ ਨਹੀਂ, ਸਾਡਾ ਇਕੱਠੇ ਹੀ ਹੈ, ਅਸੀਂ ਤਾਲਮੇਲ ਮੈਂ ਜਿੱਥੇ ਕਿਸੇ ਦਾ ਵੱਧ ਕੋਈ ਫੋ ਪੈਂਦਾ ਉਹਦੇ ਨਾਲ ਹੀ ਤਾਲਮੇਲ ਵੀ ਕਰ ਰਹੇ ਹਾਂ, ਕੋਈ ਐਂ ਵੱਖਰੀ ਨਹੀਂ, ਇਕੱਠੀ ਮੀਟਿੰਗ ਹੋਈ ਹੈ, ਇਕੱਠੇ ਹੀ ਸਾਰਾ ਪ੍ਰੋਗਰਾਮ ਹੈ, ਸਾਰੀਆਂ ਜਥੇਬੰਦੀਆਂ ਦਾ ਇਹੀ ਪ੍ਰੋਗਰਾਮ ਹੈ ਕਿ ਅਸੀਂ ਵੱਖ ਵੱਖ ਅਦਾਰੇ ਘੇਰਨੇ ਹੈ, ਜਿੱਥੇ ਕਿਸੇ ਦਾ ਵੱਧ ਜ਼ੋਰ ਪੈਂਦਾ ਉਹ ਧਰਨੇ ਵੀ ਅਸੀਂ ਐਂ ਲਾਉਣੇ ਹੈ, ਐਂ ਕੋਈ ਵੱਖਰੀ ਨਹੀਂ, ਉਹ ਤਾਲਮੇਲ ਮੈਂ ਨਾਲ ਹੀ ਉਹਨਾਂ ਦੇ ਵੀ ਜਿੱਥੇ ਵੱਧ ਜ਼ੋਰ ਆ ਉੱਥੇ ਉਹ ਕਰ ਰਹੇ ਹੈ, ਜਿਵੇਂ ਅੰਮ੍ਰਿਤਸਰ ਦੇ ਵਿੱਚ ਸੰਘਰਸ਼ ਕਮੇਟੀ ਦਾ ਜ਼ਿਆਦਾ ਹੈ ਉਹ ਉੱਥੇ ਕਰ ਰਹੇ ਹੈ, ਮਾਲਵੇ 'ਚ ਸਾਡੀਆਂ ਜਥੇਬੰਦੀਆਂ ਦਾ ਹੈਗਾ ਅਸੀਂ ਉੱਥੇ ਕਰ ਰਹੇ, ਇਹ ਨਹੀਂ। ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ 31 ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਗਈਆਂ, 31 ਜਥੇਬੰਦੀਆਂ ਖਤਮ ਕਰਕੇ ਇੱਕ ਜਥੇਬੰਦੀ ਕਿਉਂ ਨਹੀਂ ਬਣਾਉਂਦੀਆਂ? ਇਹ ਤਾਂ ਕਿਉਂਕਿ ਵੱਖਰੋ ਵੱਖਰੇ ਵਿਚਾਰ ਹੈ, ਇਹ ਘਰਾਂ 'ਚ ਵੀ ਵਿਚਾਰ ਹੁੰਦੇ ਆ ਵੱਖਰੋ ਵੱਖਰੇ, ਕੋਈ ਜ਼ਰੂਰੀ ਨਹੀਂ। ਅਸੀਂ ਘੱਟੋ ਘੱਟ ਪ੍ਰੋਗਰਾਮ ਦੇ ਉੱਤੇ ਜਦੋਂ ਕਿਸਾਨਾਂ 'ਤੇ ਭੀੜ ਬਣੀ ਹੈ ਉਹਦੇ ਮੁਤਾਬਕ ਅਸੀਂ ਇਹ ਇਕੱਠੇ ਹੋਏ ਹੈ, ਉਹ ਠੀਕ ਹੈ, ਵੱਖਰੋ ਵੱਖਰੇ ਵਿਚਾਰ ਹੈ, ਜਦੋਂ ਘੋਲਾਂ 'ਚੋਂ ਜਥੇਬੰਦੀਆਂ ਲੰਘਣਗੀਆਂ ਇੱਕ ਵੀ ਹੋ ਜਾਣਗੀਆਂ, ਉਹ ਵਿਚਾਰਾਂ ਦਾ ਵਖਰੇਵਾਂ ਹੈਗਾ, ਪਰ ਅੱਜ ਜਦੋਂ ਇਹ ਸਾਰਿਆਂ ਦੀ ਸਾਂਝੀ ਲੋੜ ਹੈ, ਇਹ ਅੱਜ ਇਹਦੇ 'ਤੇ ਇਕੱਠੇ ਹੋਏ ਆ, ਗਾਹਾਂ ਨੂੰ ਜਦੋਂ ਸਰਕਾਰਾਂ ਦਾ ਇਹ ਦਾਬ ਵਧਣੀ ਹੈ, ਹੌਲੀ ਹੌਲੀ ਕਿਸਾਨਾਂ ਨੇ ਇੱਕ ਮੰਚ 'ਤੇ ਵੀ ਆ ਜਾਣਾ, ਜਦੋਂ ਇਹ ਵਖਰੇਵੇਂ ਹੋ ਕੇ
मतलब विचार उगड़ के सामने आने उदो किसान जथेबंदियां इकट्ठिया भी होणगियां। पहला धरने लगते सी लंबे समय तो धरने लगाते होंगे सी, उन्होंने बजुर्गों की गिनती ज़्यादा होंगी सी वड्डी उम्र के बंदे, पर हुण जिहड़े धरने लगे आ इन्हां दे विच नौजवान वड्डी गिनती दिवा रहे चाह रहे आ, इन इस नूं तुसीं किस तरीके नाल देखदे हो? असी लगातार हूँ तो यह कोशिश साडीआं जथेबंदियां दी कि साडे च नौजवान घट आ रहे। पिछले दिनां च जदों असी 5 दिन पिंडां च उन्हां दा बाईकाट कीता सी, पिंडां च असी जिहड़ियां सिक्ख्या मीटिंगां वा विहड़े विहड़े च जाके अगवाड़ां च ते पिंडां दे अड्डियां ते जिहड़े असी ओह 5 दिन लाए उदों वड्डी पद्धर ते नौजवानां नूं असी सिक्खत कीता ते नौजवानां नूं इह गल समझ आई है कि कल बजुर्गों की या कल किसानों की लड़ाई नहीं, जिन्ना चर नौजवान नहीं आते उन्ना चर यह लड़ाई सिरे नहीं लगनी। इस करके नौजवानों समझ आ गई, वह जोड़े गीतों वाले मगर लगे हुए थे, मोबाइलों मगर लगे हुए थे, अज वो जियो का भी बाईकाट कर रहे हैं, उन्होंने गलों का बाईकाट करके अज मैदान च आए हुए हैं। तो आने वाले दिनों च इन्होंने यह अगवाई सामनी है तो असी लगातार नौजवानों सिखत कर रहे हैं कि यह जोड़े घोल है वह नौजवानों ने सिरे लाने तो नौजवान लगे हुए इन्होंने दिनों। ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਰਿਲਾਇੰਸ ਦੇ ਪੰਪਾਂ ਦੇ ਅੱਗੇ ਬੈਠ ਕੇ ਜਾਂ ਜੀਓ ਦੇ ਸਿਮ ਬੰਦ ਕਰਕੇ ਇਹ ਬਾਈਕਾਟਾਂ ਨਾਲ ਕੋਈ ਜਿਹੜੇ ਕਾਰਪੋਰੇਟ ਘਰਾਣੇ ਉਹਨਾਂ 'ਤੇ ਕੋਈ ਅਸਰ ਪਵੇਗਾ? ਇਹ ਬਹੁਤ ਜ਼ਿਆਦਾ ਅਸਰ, ਜਦੋਂ ਪਹਿਲਾਂ ਵਾਲੇ ਧਰਨਿਆਂ ਨਾਲ ਵੀ ਮੋਦੀ ਸਰਕਾਰ 'ਤੇ ਅਸਰ ਪਿਆ ਹੋਇਆ ਤਾਂ ਹੀ ਉਹ ਲਗਾਤਾਰ ਪੰਜਾਬੀ 'ਚ ਉਹ ਜਿਹੜੇ ਸੋਸ਼ਲ ਮੀਡੀਆ 'ਤੇ ਪਾ ਰਿਹਾ, ਅਖਬਾਰਾਂ 'ਤੇ ਉੱਤੇ ਵੱਡੇ ਸਫਿਆਂ ਦੇ ਸਫੇ ਉਹ ਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਸੰਬੋਧਨ ਹੋ ਰਿਹਾ, ਵੱਡਾ ਦਬਾਅ ਇਹਦੇ ਦਬਾਅ 'ਚ ਹੀ ਹਰਸਿਮਰਤ ਨੇ ਉਹ ਜਿਹੜਾ ਅਸਤੀਫਾ ਦਿੱਤਾ ਹੈ। ਅਤੇ ਜਦੋਂ ਆਹ ਕਾਰਪੋਰੇਟ ਘਰਾਣਿਆਂ ਦਾ ਅਸੀਂ ਐਂ ਘਰਾਓ ਕਰਾਂਗੇ ਉਹਨਾਂ 'ਤੇ ਹੋਰ ਦਬਾਅ ਵਧਣਾ, ਇਸੇ ਕਰਕੇ ਹੀ ਅਸੀਂ ਇਹ ਕਰ ਰਹੇ ਹਾਂ ਅਤੇ ਇੱਥੋਂ ਦੀ ਮੋਦੀ ਸਰਕਾਰ 'ਤੇ ਲਗਾਤਾਰ ਇਹਦਾ ਦਬਾਅ ਬਣ ਰਿਹਾ। ਅਕਾਲੀ ਅੱਜ ਜਥੇਬੰਦੀਆਂ ਵੱਲੋਂ ਵੱਖ ਵੱਖ ਜਗ੍ਹਾ ਜਿਹੜੇ ਕਾਰਪੋਰੇਟਾਂ ਦੇ ਜਿਹੜੇ ਅਦਾਰੇ ਆ ਉਹਨਾਂ ਨੂੰ ਘੇਰਨ ਦਾ, ਰੇਲਵੇ ਟਰੈਕ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ 25 ਅੱਜ ਜਿਹੜਾ ਹੈ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹਨਾਂ ਦੇ ਪ੍ਰਦਰਸ਼ਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਅਸੀਂ ਕਹਿੰਦੇ ਹਾਂ ਜਿਹੜੀਆਂ ਸਿਆਸੀ ਪਾਰਟੀਆਂ ਹੈ ਭਾਵੇਂ ਉਹਨਾਂ ਦੀ ਆਪਦੀ ਖੇਡ ਹੈ, ਪਰ ਜਿਹੜਾ ਵੀ ਕੋਈ ਸਿਆਸੀ ਜਾਂ ਕੋਈ ਇੱਥੇ ਸੰਗਠਨ ਕੋਈ ਉਸ ਕਿਸਮ ਦੇ ਹੈਗੇ ਜੇ ਕਿਸਾਨਾਂ ਦੇ ਹੱਕ 'ਚ ਡੱਕਾ ਸਿੱਟਦੇ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਰ ਸਿਆਸੀ ਪਾਰਟੀਆਂ ਜਿਹੜੀਆਂ ਉਹ ਜਿਹੜਾ ਗਾਹਾਂ ਵਾਲਾ ਬਾਈ ਵਾਲਾ ਹੈਗਾ ਉਹਨੂੰ ਧਿਆਨ 'ਚ ਰੱਖ ਕੇ ਚੱਲਦੀਆਂ, ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਉਹ ਸਾਡੀ ਜ਼ਿੰਦਗੀ ਮੌਤ ਦੇ ਸਵਾਲ ਨੂੰ ਲੈ ਕੇ ਲੜ ਰਹੀਆਂ। ਅਸੀਂ ਕਹਿੰਦੇ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਗਾਇਕ ਹੈ ਜਾਂ ਕੋਈ ਫਿਲਮ ਵਾਲਿਆ ਹੈ ਉਹ ਜੇ ਇੱਧਰ ਕੋਈ ਪ੍ਰਦਰਸ਼ਨ ਕਰਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿਸਾਨਾਂ ਦੇ ਹੱਕ 'ਚ ਡੱਕਾ ਸਿੱਟਦੇ। ਨੌਜਵਾਨ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਦੇ ਵਿੱਚ ਹੋਸ਼ ਹੁੰਦਾ, ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ। ਜਿਹੜੇ ਕਲਾਕਾਰ ਆ ਉਹਨਾਂ ਵੱਲੋਂ ਜਦੋਂ ਕਈ ਜਗ੍ਹਾ 'ਤੇ ਪ੍ਰਦਰਸ਼ਨ ਕੀਤੇ ਗਏ ਤਾਂ ਉੱਥੇ ਕਈ ਜਗ੍ਹਾ ਉੱਪਰ ਖਾਲਿਸਤਾਨ ਦੇ ਨਾਅਰੇ ਵੀ ਲਗਾਏ ਗਏ, ਅਜਿਹੇ ਨਾਅਰੇ ਲਗਾਏ ਗਏ ਜਿਸ ਨਾਲ ਇਹ ਅੰਦੋਲਨ ਦਾ ਕਿਸੇ ਹੋਰ ਪਾਸੇ ਵੱਲ ਰੂਪ ਧਾਰਦਾ ਦਿਖਾਈ ਦਿੰਦਾ ਸੀ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਇਹ ਤਾਂ ਅਸੀਂ ਲਗਾਤਾਰ ਸਾਡੀਆਂ ਸਟੇਜਾਂ ਤੋਂ ਇਹ ਗੱਲਾਂ ਕਲਾਕਾਰਾਂ ਨਾਲ ਵੀ ਸਾਡੀ ਮੀਟਿੰਗ ਹੋਈ ਹੈ, ਦੂਜਿਆਂ ਨਾਲ ਵੀ ਸਾਡਾ ਲਗਾਤਾਰ ਇਹ ਬਣਿਆ ਹੋਇਆ ਸੀ, ਨੌਜਵਾਨਾਂ ਨੂੰ ਵੀ ਸਟੇਜਾਂ ਤੋਂ ਇਹ ਕਰਦੇ ਹਾਂ ਕਿ ਸਾਡੀ ਜਿਹੜੀ ਅਸਲੀ ਲੀਹ ਹੈ ਕਿ ਅਸੀਂ ਜ਼ਮੀਨ ਬਚਾਉਣੀ ਹੈ, ਸਾਡੇ ਕਿਸਾਨਾਂ ਨੂੰ ਬਚਾਉਣਾ, ਜਿਹੜੇ ਉਹ ਇਹੋ ਜਿਹੇ ਫਿਰਕੂ ਨਾਰੇ ਹੈ ਉਹਦੇ ਤੋਂ ਅਸੀਂ ਬਿਲਕੁਲ ਕਿਸਾਨਾਂ ਨੂੰ ਵੀ ਸਮਝਾਉਣੇ, ਸਾਡੇ ਨੌਜਵਾਨਾਂ ਨੂੰ ਸਮਝਾਉਣੇ, ਕਲਾਕਾਰਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਗੱਡੀ ਕਿਸੇ ਹੋਰ ਲੀਹ 'ਤੇ ਨਾ ਚੜ੍ਹਾਉਣ। ਜੇ ਕਿਤੇ ਇਹੋ ਜਿਹੇ ਨਾਰੇ ਲੱਗਦੇ ਅਸੀਂ ਕਹਿੰਦੇ ਮੰਦਭਾਗੇ, ਇਹਨਾਂ ਨਾਰਿਆਂ ਨੇ ਸਾਡਾ ਪਹਿਲਾਂ ਵੀ ਨੁਕਸਾਨ ਕੀਤਾ, ਜੇ ਇਹੋ ਜਿਹੇ ਫਿਰਕੂ ਨਾਰੇ ਉਹ ਸਾਡਾ ਹੁਣ ਵੀ ਨੁਕਸਾਨ ਕਰਨਗੇ, ਸਾਡਾ ਇਹਨਾਂ ਨਾਰਿਆਂ ਨਾਲ ਕੋਈ ਮਤਲਬ ਨਹੀਂ। ਮੇਰਾ ਆਖਰੀ ਸਵਾਲ ਹੈ ਕਿ ਜੇਕਰ ਮੋਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਜਥੇਬੰਦੀਆਂ ਵੱਲੋਂ ਅੱਗੋਂ ਕਿੱਥੋਂ ਤੱਕ ਪ੍ਰਦਰਸ਼ਨ ਕੀਤਾ ਜਾਊਗਾ? ਇਹ ਜੇ ਮੋਦੀ ਸਰਕਾਰ ਇਹਦਾ ਮਤਲਬ ਨਹੀਂ ਲੈਂਦੀ, ਅਸੀਂ ਲਗਾਤਾਰ ਇੱਦੂ ਤਿੱਖਾ ਘੋਲ ਲੜ ਕੇ ਇਹਨਾਂ ਕਿਸਾਨਾਂ ਨੂੰ ਨਾਲ ਲੈ ਕੇ, ਕਿਉਂਕਿ ਸਾਡਾ ਤਾਂ ਜ਼ਿੰਦਗੀ ਮੌਤ ਦਾ ਸਵਾਲ ਹੈ। ਜੇ ਇਹ ਲਾਗੂ ਹੁੰਦੇ ਹੈ ਨਾ ਸਾਡੀਆਂ ਜ਼ਮੀਨਾਂ ਬਚਣੀਆਂ, ਨਾ ਸਾਡੇ ਨੌਜਵਾਨੀ ਬਚਣੀ ਹੈ, ਨਾ ਸਾਡੇ ਘਰ ਘਰ ਰਹਿਣੇ ਹੈ, ਨਾ ਦੂਜੇ ਤਬਕੇ ਰਹਿਣੇ ਹੈ। ਇਸ ਕਰਕੇ ਤਾਂ ਸਾਰੇ ਲੋਕਾਂ ਦੀ ਇੱਕ ਲੋਕ ਲਹਿਰ ਬਣ ਗਈ, ਉਹਨਾਂ ਚਿਰ ਨਹੀਂ ਰੁਕਣੀ ਜਿੰਨਾ ਚਿਰ ਇਹ ਜਿਹੜੇ ਆਰਡੀਨੈਂਸ ਹੈ ਵਾਪਸ ਨਹੀਂ ਲੈਂਦੀ। ਇਹ ਦੂਜੇ ਸੂਬਿਆਂ 'ਚ ਵੀ ਇਹ ਘੋਲ ਹੈ ਜਿਹੜਾ ਉਹ ਫੈਲਦਾ ਜਾ ਰਿਹਾ। ਇਸ ਕਰਕੇ ਸਾਨੂੰ ਪੱਕਾ ਦ੍ਰਿੜ ਵਿਸ਼ਵਾਸ ਹੈ ਲੋਕਾਂ 'ਤੇ ਵੀ ਜਿੰਨਾ ਚਿਰ ਇਹ ਵਾਪਸ ਨਹੀਂ ਹੁੰਦੇ ਉਨਾ ਚਿਰ ਅਸੀਂ ਘਰਾਂ 'ਚ ਨਹੀਂ ਜਾਵਾਂਗੇ।